ਸਾਸਰੀ ਗਾਲ ਵੀਰ ਜੀ ਮੈਂ ਥਾਰਾ ਗੱਲਾਂ ਗਲਾਕੜ 파ਰਮਜੀਤ ਲਾਡਾ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮਾਂ ਕਰ ਰਿਹਾ ਸਾਰਿਆਂ ਦਾ ਨਿਗਾ ਸਵਾਗਤ ਅੱਜ ਹੋਗੀ 3 ਤਰੀਕ ਅਰ 3 ਤਰੀਕਿਆਂ ਬੜੀਆਂ ਖਬਰਾਂ ਕਰਾਂਗਾ ਥਾਰੇ ਗਾ ਸਾਂਝੀਆਂ ਜਿੱਥਾ ਕੈਪਟਨ ਅਮਰਿੰਦਰ ਸਿੰਘ ਯੋ ਕਹਿਲਿਓ ਵੀਰੇ بڑے بڑے ਐਲਾਨ ਕਰ ਰਿਆ ਉਥਾਈ ਰੋਡਵੇਜ਼ ਕੀ ਕਿਆ ਦਸਾ ਹੋਈ ਯੋ 2 ਦਿਨ ਕੇ ਵਿੱਚ ਮਾਂ ਫਰੀ ਸਫਰ ਕਰਾ ਕਾ ਇਸ ਕੇ ਉੱਪਰ ਵੀ ਗੱਲਬਾਤ ਕਰਾਂਗਾ ਪਰ ਸਭ ਤੋਂ ਪਹਿਲਾ ਵੀਰੇ ਪੰਜਾਬ ਕੇ ਇਹ ਕਰੋਨੇਗੇ ਲਾਤਾ ਹੀ ਗੱਲ ਕਰਾਂ ਜਿੱਥਾ ਵੀ ਪੂਰਾ ਦੇਸ਼ ਮੋਦੀ ਗੈ ਲੜ ਰਿਹਾ ਮੋਦੀ ਦੇ ਕਾਨੂੰਨਾਂ ਗੈ ਲੜ ਰਿਹਾ ਉੱਥਾ ਪੰਜਾਬ ਦੇ ਵਿਚਵਾ ਕੈਪਟਨ ਅਮਰਿੰਦਰ ਸਿੰਘ ਕਰੋਨੇ ਗੈ ਲੜ ਰਿਹਾ ਹਰ ਇਸੇ ਕਰਕੇ ਕਰੋਨੇ ਗੈ ਲੜਨ ਕਰਕੇ ਈਵ ਕੈਪਟਨ ਅਮਰਿੰਦਰ ਸਿੰਘ ਨੇ ਸੰਕੇਤ ਦਿਆ ਕਾ ਵੀਕਐਂਡ ਦੇ ਉੱਪਰ ਲੋਕ ਇੱਕ ਦੂਸਰੇ ਨੂੰ ਜ਼ਿਆਦਾ ਮਿਲਾਂ ਜਾਂ ਕਾ ਸ਼ਨੀਵਾਰ ਐਤਵਾਰ ਯੋ ਲੈ ਯੋ ਬੀ ਕੈਂਡ ਦੇ ਉੱਪਰ ਲਾਕਡਾਊਨ ਲੱਗਣੇ ਦਾ ਸੰਕੇਤ ਜਿਹੜਾ ਕੈਪਟਨ ਅਮਰਿੰਦਰ ਨੇ ਦੇ ਤਿਆ ਯੋ ਕਹਿ ਲਿਓ ਵੀਰ ਸੰਕੇਤ ਕਿਆ ਦੇਦਾ ਲਗੇ ਜਾਏਗਾ ਯੋ ਗਹਿਣੀਆਂ ਬਾਤਾਂ ਵੀ ਰਕੜਨ ਅਰ ਕਹਿਣ ਅਰ ਕਰਨਵਾ ਬੜਾ ਫਰਕ ਹੋਵਾ ਪਰ ਰਾਜਾ ਸਾਹਿਬ ਕਰ ਕਾ ਫੇਰ ਕਹਿ ਦਿਆ ਵੀ ਹੋ ਗਿਆ ਕੰਮ ਹਰ ਉਦਰ ਰੋਡਵੇਜ ਦੀ ਬਾਤ ਕਰਾਂ ਵੀਰ ਜਿੱਥਾਂ ਆਮ ਆਦਮੀ ਪਾਰਟੀ ਦਾ ਰਾਗਬ ਚੱਡਾ ਯੋ ਜਨਾਨੀਆਂ ਨੂੰ ਫਰੀ ਸਫਰ ਕਰਾਣ ਦੇ ਔਖਾ ਉੱਥਾਈ ਰੋਡਵੇਜ ਦੇ ਵਿਚਵਾ ਸਫ਼ਰ ਕਰਨ ਵਾਲੀਆਂ ਜਿਹੜੀਆਂ ਜਨਾਨੀਆਂ ਇਸ ਗੱਲ 217.90 ਕਰੋੜ ਰੁਪਏ ਦਾ ਘਾਟਾ ਪੈਣੇ ਦੀ ਸੰਭਾਵਨਾ ਰੋਡਵੇਜ ਨੇ ਦੱਸੀ ਆਰ ਸੁਖਬੀਰ ਬਾਦਲਾ ਬਾਪੂ ਪ੍ਰਕਾਸ਼ ਬਾਦਲ ਦਾ ਛੋਕਰਾ ਇਸਨਾ ਸ਼ਰੋਮਣੀ ਕਾਲੀ ਦਾਲ ਦਾ ਚੌਥਾ ਯੋ ਨਾਮ ਐਲਾਨ ਕਰਤਾ ਵਿਧਾਨ ਸਭਾ ਵੋਟਾਂ ਖਾਤਰ ਆਰਤੀਆਂ ਨੇ ਯੋਗ ਵੀਰ ਚੇਤਾਵਨੀ ਦਿੱਤੀ ਮੋਦੀ ਸਰਕਾਰ ਨੂੰ ਔਰ ਕੈਪਟਨ ਸਰਕਾਰ ਨੂੰ ਕਹਾ ਜੇ ਮੰਗਾ ਨਾ ਮੰਨੀਆਂ ਹੜਤਾਲ ਇਤਰੀ ਚਲੇਗੀ ਔਰ ਕੇਂਦਰ ਕੇ ਫੈਸਲਾ ਵਾ ਕਾ ਗੈਲ ਖੜਿਆ ਮੈਂ ਭਾਜਪਾ ਕਾ ਗੁੱਸਵੇਤ ਮਾਲਕ ਨੇ ਕਹ ਤਿਆ ਔਰ ਪੰਜਾਬ ਕੇ ਵਿਚਵਾ ਪ੍ਰਵਾਸੀ ਮਜ਼ਦੂਰਾ ਗੱਲ ਹੋ ਰਿਹਾ ਅਤਿਆਚਾਰ ਕੇਂਦਰ ਕੀ ਚਿੱਠੀ ਦੇ ਬਾਅਦ ਅਸਲੀਅਤ ਜਾਣਨ ਵਾਸਤਾ ਪੱਤਰਕਾਰ ਮੈਕ ਲੈ ਕੇ ਭਈਆਂ ਕੀ ਮੋਟਰਾਂ ਵਾ ਪਹੁੰਚ ਗਏ ਇਸ ਕੇ ਉੱਪਰ ਵੀ ਥਾਰੇ ਗੱਲ ਕਰਾਂਗਾ ਗੱਲ ਬਾਤ ਪਰ ਸਭ ਤੋਂ ਪਹਿਲਾਂ ਲੋਕਡਾਊਨ ਦੀ ਗੱਲ ਕਰਾਂ ਮੇਰਾ ਜਿੱਥਾ ਯੋ ਕਲੋ ਪੰਜਾਬ ਮਾ 400 ਸਭ ਤੋਂ ਬਾਅਦ ਜਲੰਧਰ ਮਾ 416 ਕੇਸ ਨਿਕਲ ਗਾਇਆ ਸਭ ਤੋਂ ਘੱਟ ਗੇ ਇਸ ਕਪੂਰਥਲੇ ਮਾ ਮੋਹਾਲੀ ਲੁਧਿਆਣਾ ਅੰਮ੍ਰਿਤਸਰ ਪਟਿਆਲਾ ਹਜ਼ਾਰਪੁਰ ਰੋਪੜ ਬਠਿੰਡਾ ਗੁਰਦਾਸਪੁਰ ਯੋ ਸਾਰੀ ਯੋ ਕਲੋ ਵੀ ਯੋ ਸੂਬੇ ਉਸਕੇ ਜ਼ਿਲ੍ਹਿਆਂ ਮਾ ਤੇ ਯੋ ਕਰੋਨੇ ਕੇ ਇਸ ਵਾਰੋ ਮਾਰ ਨਿਕੜ ਰੇ 12 ਜੀਲਿਆਂ ਦੇ ਵਿੱਚ ਮਹਾਰਾਜੇ ਨੇ ਕਰਫਿਊ ਲਾਇਆ ਵਾ ਇਹ ਵੀ ਰਾਜਾ ਕਹਿ ਰਿਹਾ ਵੀ ਰਾਤ ਦਾ ਕਰਫਿਊ ਤਾਂ ਚਲੋ ਜਿਹੜਾ ਲੱਗ ਰਿਹਾ ਲੱਗ ਰਿਹਾ ਕਾ ਇੱਕ ਵੀਕਐਂਡ ਕਾ ਉੱਪਰ ਵੀ ਕਰਫਿਊ ਯੋ ਮਤਲਬ ਲਾਕਡਾਊਨ ਲੱਗ ਸਕਾ ਰਾਜਾ ਕਹਿ ਰਿਹਾ ਵੀ ਸ਼ਨੀਵਾਰ ਨੂੰ ਲੋਕ ਇੱਕ ਦੂਸਰੇ ਕੇ ਸੰਪਰਕ ਕਮਾਵਾ ਕਿਉਂ ਚਾਰ ਪੰਜ ਦਿਨ ਤੋਂ ਲੋਕ ਕਰਾ ਕੰਮ ਸ਼ਨੀਵਾਰ ਕੀ ਹੋਵਾ ਛੁੱਟੀ ਫਿਰ ਇਤੇ ਗਲਾਸੀ ਗਲੂਸੀ ਪੜਾ ਲਿਆ ਲੋਕ ਉਰਾਪਰਾ ਚਲੇ ਜਾਂ ਬਾਜ਼ਾਰ ਘੁੰਮਣ ਚਲੇ ਆ ਇਤਰਾ ਕੰਮਾਂ ਰਾਜਾ ਕਹ ਰਿਹਾ ਵੀ ਕਰੋਨੇ ਕੇ ਲੜਿਆ ਜਾ ਸਕਾ ਜੇ ਇੱਕ ਦੂਰੇ ਕੇ ਸੰਪਰਕ ਮਾ ਨਾ ਮਹਿ ਲੋਕ ਟੀਕਾ ਲਵਾ ਮੇ ਮਾਸਕ ਪਾ ਮੇ ਔਰ ਕੈਪਟਨ ਨੇ ਸਾਫ ਇਨਸਾ ਯੋ ਸਾਰਾ ਕਰਤਾ ਕਾ ਵੀ ਮੇਰੇ ਪਾਸ ਹੋ ਰਹਾ ਹੱਲ ਹੈ ਨਹੀਂ ਕੋਈ ਕਾ ਹਫਤਾ ਵਰੀ ਯੋ ਜਿਹੜਾ ਮਤਲਬ ਲਾਕਡਾਊਨ ਕਾ ਆਪਸ਼ਨ ਲਾਸਟ ਯੋ ਲਾ ਸਕਾ ਕਾ ਮੇਰਾ ਦਿਲ ਨਹੀਂ ਕਰਦਾ ਯੋ ਲਾਕਡਾਊਨ ਲਾਣੇ ਕਾ ਪਰ ਕੀਆ ਕਰਾਂ ਲੋਕਾਂ ਕੀ ਜਾਨ ਬਚਾਣੀ ਲੋਕ ਜਿਉਂਦੇ ਰਾhenge ਤਾਂ ਪੰਜਾਬ ਜਿਉਂਦਾ ਰਹੇਗਾ ਜੇ ਵੀ ਲੋਕਾਂ ਨੂੰ ਕਰੋਨਾ ਚੀਮੜ ਗਿਆ ਤਾਂ ਫਿਰ ਕੌਣ ਜ਼ਿੰਮੇਵਾਰ ਆ ਇਸ ਕੀ ਗੱਲ ਪੰਜਾਬਾ 60 ਬੰਦੇ ਮਾਰ ਲਏ ਤੱਕ ਇਹ ਦੂਸਰਾ ਜਿਹੜਾ ਮਤਲਬ ਵੈਰੀਐਂਟ ਨਿਕਲ ਕੇ ਆਇਆ ਕਰੋਨੇ ਦਾ ਇਸ ਕਰਕੇ ਵੀ ਰਾਜਾ ਸਾਹਿਬ ਨੂੰ ਬਹੁਤ ਟੈਨਸ਼ਨ ਹੋ ਰਹੀ ਕਰੋਨਾ ਵਾਇਰਸ ਨੂੰ ਦੇਗਾ ਆਰ ਉਧਰ ਬਾਪੂ ਪ੍ਰਕਾਸ਼ ਬਾਦਲ ਦਾ ਛੋਕਰਾ ਕਰੋਨਾ ਵਾਇਰਸ ਨੂੰ ਹਰਾ ਕਾ ਇੱਕ ਵਾਰ ਫੇਰ ਪੰਜਾਬ ਦੇ ਵਿਚমা ਜੰਗੀ ਪੱਧਰ ਤੇ ਆਪਣੀਆਂ ਰੈਲੀਆਂ ਕਰ ਲੱਗ ਗਿਆ ਰੈਲੀਆਂ ਦੇ ਵਿਚমা ਕੋਈ ਕਰੋਨਾ ਨਹੀਂ ਚਾਹੇ ਰੈਲੀ ਬਾਮ ਆਦਮੀ ਪਾਰਟੀ ਦੀ ਚਾਹੇ ਰਾਜੇ ਦੀ ਰੈਲੀ ਚਾਹੇ ਕਾਲੀ ਆਂਗ ਦੀ ਰੈਲੀ ਰੈਲੀਆਂ માં ਯੋ ਮਤਲਬ ਕਰੋਨਾ ਆਂਦਾ ਨਹੀਂ ਇਸੇ ਕਰਕੇ ਵੀ ਕਾਲੀ ਦਲ ਵਾਲਿਆਂ ਨੇ ਇੱਕ ਵਾਰ ਫੇਰ ਆਪਣੀ ਰੈਲੀਆਂ ਵਾਲਾ ਜਿਹੜਾ ਬੀਗਲ ਬਾ ਵਜਾਤੇ ਆ ਅਰ ਉਧਰ ਪੰਜਾਬ ਦੇ ਵਿਚমা ਤੁਹਾਨੂੰ ਪਤਾ ਵੀ ਜਰਨੀਆਂ ਖਾਤਰ ਬੱਸਾਂ ਫਰੀ ਕਰਤੀਆਂ ਰੋਡਵੇਜਕੀਆਂ ਜਿਸਕੇ ਉੱਪਰ ਬੜੀ ਸਿਆਸਤ ਵੀ ਹੋ ਰਹੀ ਉੱਥਾਈ ਵੀਰ ਯੋ ਕਹ ਲੋ ਵੀ ਕਿਰਾਇਆ ਮੁਫਤ ਕਰਤਿਆ আর ਇਸਕੇ ਵਿੱਚ ਮਾ ਯੋ ਕਹ ਲੋ ਵੀ ਟੋਟਲ ਫਰੀ ਕਹਿ ਰਿਆ ਰਾਜਾ ਪਰ ਇੱਕ ਵਾਰ ਸੋਚਣ ਵਾਲੀ ਵੀ ਸਾਰੇ ਬੱਸ ੱਡਿਆਂ ਦੇ ਵਿੱਚ ਮੈਂ ਚਲੇ ਜਾਓ ਉੱਥਾ ਤੁਹਾਨੂੰ ਸਭ ਤੇ ਬੱਸ ਵੱਧ ਬੱਸਾਂ ਕਿਹੜੀਆਂ ਮਿਲਣਗੀਆਂ ਪ੍ਰਾਈਵੇਟ ਸਰਕਾਰੀ ਬੱਸ ਕੋਈ ਕਾਊਂਟਰ 'ਤੇ ਤੁਹਾਨੂੰ ਟਾਈਮ ਗੈਲੀ ਨਹੀਂ ਮਿਲੇਗੀ ਵੇ ਟਾਈਮ 'ਤੇ ਟੈਂਪਾ ਸਰਕਾਰੀ ਬੱਸਾਂ ਖੜੀਆਂ ਹੋਮਾ ਮੈਂ ਤਾਂ ਬੋਲਣਾ ਸੱਚ ਔਰ ਜੇ ਕਾਊਂਟਰ 'ਤੇ ਬੱਸਾਂ ਮਿਲेंगी ਆ ਇਹ ਲੀਡਰਾਂ ਗਿਆ ਲੀਡਰਾਂ ਗਿਆ ਬੱਸਾਂ ਔਰ 70% ਤੋਂ ਜ਼ਿਆਦਾ ਰੂਟ ਜਿਹੜੇ ਇਹ ਲੀਡਰਾਂ ਦੀ ਬੱਸਾਂ 'ਤੇ ਚੱਲ ਰਹੇ 10 ਬੱਸਾਂ ਪ੍ਰਾਈਵੇਟ ਦੇ ਵਿੱਚ ਇੱਕ ਬੱਸ ਸਰਕਾਰੀ ਹਰ ਬਾ ਵੀ ਅੱਜ ਕੱਲ ਇਹੋ ਕਹ ਲੋ ਰੱਬ ਕੇ ਕਿਰਪਾ ਗੱਲ ਜਨਨੀਆਂ ਗੱਲ ਫੁੱਲ ਆ ਰਹੀ ਜਿਹੜੀਆਂ ਫਰੀ ਸਫਰ ਕਰ ਰਹੀਆਂ ਹਰ ਇਹੋ ਕਹ ਲੋ ਵੀ ਅੱਡਿਆਂ ਵਾਂ ਬੱਸ ਹੋਵਾਂ ਮੰਤਰੀ ਕਹੇ ਬਸਾਂ ਕਿਤੇ ਨਹੀਂ ਜਾਂਦੀਆਂ ਬੱਸ ਰੋਡਵੇਜ ਦਾ ਟਾਈਮ ਟੇਬਲ ਜਿਹੜਾ ਵਾ ਸੈੱਟ ਕਰਨੇ ਵਾਲਾ ਪਰ ਮੰਤਰੀ ਕਹੇ ਕਾ ਵੀ ਆਪਾਂ ਨੇ ਕਾ ਜਿਹੜੀ ਇਹ ਪਾਲਿਸੀ ਬਣਾਈ 10 ਸਰਕਾਰੀ ਬੱਸਾਂ ਦੇ ਪਿੱਛਾ ਇੱਕ ਪ੍ਰਾਈਵੇਟ ਬੱਸ ਪਰ ਮੈਨੂੰ ਲੱਗਦਾ ਨਹੀਂ ਵੀ ਇਤਰਾ ਹੋ ਜਾਏਗਾ ਕਿਉਂਕਿ ਚਾਹੁੰਦਾ ਇਹ ਪੰਜਾਬ ਬੀਤਰਾ ਹੋ ਜੇ ਪਰ ਮੈਨੂੰ ਉਮੀਦ ਨਹੀਂ ਮદાન ਸਭਾ ਵੋਟਾਂ ਦੇ ਬਾਅਦ ਇਹੋ ਕਹ ਲੋ ਵੀਰਾ ਜਦ ਵੋਟਾਂ ਪੈ ਗਈਆਂ ਇਹੋ ਫਰਮਾਨ ਆ ਸਕਾ ਵੀ ਪੰਜਾਬ ਕੇ ਜਨਾਨੀਆਂ ਇੱਕ ਦਿਨਾਂ 50 ਕਿਲੋਮੀਟਰ ਤੇ ਜ਼ਿਆਦਾ ਲੰਬਾ ਸਫ਼ਰ ਨਹੀਂ ਕਰ ਸਕਦੀਆਂ ਜੇ ਲੰਬਾ ਸਫ਼ਰ ਕਰਨਗੇ ਭੱਟੇਟ ਲੱਗੇਗੀ ਜਿਤਨਾ ਦਿੱਲੀ ਦੇ ਵਿੱਚ ਮਾ ਕੇਜਰੀਵਾਲ ਨੇ ਕਿਹਾ ਕਾ 200 ਜੁੰਟ ਲਾਈਟ ਫ੍ਰੀ ਜੇ 201 ਹੋ ਗਈ ਫਿਰ ਤੁਹਾਨੂੰ 200 ਕਾ ਵੀ ਰੇਟ ਉਸਕੇ ਪੈਸੇ ਦੇਣੇ ਪਵੰਗੇ ਆ ਜਿਹੜੀ 200 ਦੇ ਉੱਪਰ ਇੱਕ ਕੀ ਯੂਨਿਟ ਇਸਕੇ ਵੀ ਦੇਣੇ ਪਵੰਗੇ ਮਤਲਬ ਇਤਰਾਗਾ ਜਗਾੜ ਲਾ ਕਾ ਇਹ ਕੱਢੇਗੇ ਤਾਂ ਸਹੀ ਹਾਲ ਇਸਕਾ ਕੋਈ ਕਿਉਂਕਿ ਵੀਰਾ ਇਹ ਤਾਂ ਮੈਂ ਤੁਹਾਨੂੰ ਘਾਟੇ ਦੀ ਬਾਤ ਕਰਾਂ 1 ਅਪ੍ਰੈਲ ਤੇ ਬੱਸਾਂ ਚੱਲ ਪੀਆਂ আর ਇਸਕੇ ਵਿਚমা ਰੋਡਵੇਜ 217.90 ਕਰੋੜ ਰੁਪਏ ਦਾ ਘਾਟਾ ਪਵੇਗਾ ਇਸ ਬਾਰੇ ਦਾ ਜ਼ਿਕਰ ਦਫ਼ਤਰ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਸਰਕਾਰ ਨੇ ਟਰਾਂਸਪੋਰਟ ਵਿਭਾਗ ਨੂੰ ਯੋ ਚਿੱਠੀ ਇਹ ਵਿੱਚ ਜਿਹੜੀ ਲਿਖੀ ਦਾ ਜ਼ਿਕਰ ਕਰਿਆ ਚਿੱਠੀ ਵਿੱਚ ਕਹ ਰਹੇ ਵੀ 2019 ਅਰ 20 ਦੇ ਵਿੱਚ ਮਾ ਪੰਨ ਬਸ ਗਏ ਜਿਹੜੇ ਪੈਪਸੂ ਗਿਆ ਯੋ ਰੋਡਵੇਜ ਗਿਆ ਮਸਾਂ ਯੋ ਵੀਰ 487.10 ਕਰੋੜ ਕਹ ਵੀ ਯੋ ਕਹ ਜਦ ਕਿ ਪੰਜਾਬ ਰੋਡਵੇਜ 57.65 ਕਰੋੜ ਰੁਪਏ ਯੂਜ਼ ਕੀ ਆਮਦਨਾਂ ਇਹ ਦੱਸੀ ਜਿਹੜੀ ਇਹਨਾਂ ਨੇ ਆਰ ਦੋਆਂ ਕੇ ਕੁੱਲ ਆਮਦਨ ਮਲਾ ਲਿਆ ਜੇ ਵੀ 5 144.75 ਕਰੋੜ ਰੁਪਇਆ ਹੋ ਗਿਆ ਆਰ ਇਸ ਕੇ ਵਿੱਚ ਮਾ ਕੇਵਲ ਜਨਾਨੀਆਂ ਜਿਹੜੀਆਂ 40% ਆਧਾਰ ਮੰਨਿਆ ਇਹਨਾਂ ਨੇ ਆਰ ਕਹੇ ਵੀ ਜ ਜਨਾਨੀਆਂ 40% ਦਾ ਹਿਸਾਬ ਲਾਗਾ ਪੈਸੇ ਕੱਢਦੇ ਆਂ ਬਾਅਦ ਫੇਰ ਬਣਾ 217.90 ਕਰੋੜ ਇਹ ਰੂਟਪਾ ਆਮਦਨ ਜਿਹੜੀ ਇਸ ਕਾ ਮਤਲਬ ਜਨਾਨੀਆਂ ਪੈ ਜਾਂਦੇ ਜਾਂ ਘਾਟਾ ਪਵੇਗਾ ਕਾਟਾ ਕਿਸ ਨੂੰ ਪਵੇਗਾ ਇਹ ਵੀ ਉਹ ਕਹ ਲੋ ਵੀਰਾ ਕਾਟਾ ਪਵੇਗਾ ਰੋਡਵੇਜ ਨੂੰ ਪੰਨ ਬੱਸ ਨੂੰ ਇਹੋ ਕਹ ਲੂ ਕਾਟਾ ਪੈ ਗਿਆ ਜਦੋਂ ਪਹਿਲਾਂ ਹੀ ਵੀਰਾ ਪਿੱਛੇ ਜੇ ਲਈਆਂ ਦੀਆਂ ਬਾਦਲ ਦੇ ਟਾਈਮ 'ਪੰਨ ਸੌ ਬੱਸਾਂ ਮਾ ਵੀ ਬੁੜੀਆਂ ਹੋਲੀਆਂ ਅੱਗਾ ਬੱਸ ਕੋਈ ਲਈ ਨਹੀਂ ਹਾਲੇ ਆ ਰਿਹਾ ਬੁੜੀਆਂ ਬੱਸਾਂ ਭਾਈਓ ਫ੍ਰੀ ਸਰਵਿਸ ਦੇਣੇ ਦੀ ਤਿਆਰੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਕਰ ਲਈ ਆ ਰਾ ਰੋਡਵੇਜ ਵਾਲੇ ਕਹੇ ਰੇ ਪੈਪਸ ਵਾਲੇ ਕਹੇ ਕਾ ਵੀ 12 ਬਜਟ ਬਤਾਓ ਨਹੀਂ ਵੀਰ ਇਹ ਕਹਿੰਦੇ ਕਿ ਤਾਂ ਟਾਇ ਟੂਪਾਂ ਨਹੀਂ ਪੂਰੀਆਂ ਹੋਣੀਆਂ ਜਿਹੜੇ ਸਾਫ ਗੱਲ ਚੱਲ ਰਿਹਾ ਕੰਮ ਹਰ ਉਧਰ ਆਮ ਆਦਮੀ ਪਾਰਟੀ ਦਾ ਰਾਗਵ ਚੱਡਾ ਯੋ ਕਰਨ ਯੋ ਕੇਜਰੀਵਾਲ ਦੀ ਨਕਲ ਮਾਰ ਲੀ ਕ ਹਰਾਜੇ ਨੇ ਕਹਾ ਮਾਰ ਇਸਕੀਮ ਦੀ ਗਾਈ ਸਨੇ ਚੱਕਾ ਪਹਿਲਾਂ ਛੇ ਪਤੀ ਹਰ ਉਧਰ ਆਮ ਆਦਮੀ ਪਾਰਟੀ ਦਾ ਯੋ ਜਿਹੜਾ ਸਹਿਨ ਚਾਰ ਚ ਲਾਇਆ ਰਾਗਵ ਚੱਡਾ ਕਾ ਵੀ ਲੋਕਾਂ ਦੀ ਅੱਖਾਂ ਵਿੱਚ ਮਿੱਟੀ ਪਾਤੀ ਕਾ ਰਾਜੇ ਨੇ ਸਰਕਾਰ ਨੇ ਸਰਕਾਰੀ ਬੱਸਾਂ ਨੂੰ ਜਨਾਨੀਆਂ ਖਾਤਰ ਫ੍ਰੀ ਕਰਤਿਆ ਆਰ ਜ਼ਿਆਦਾਤਰ ਇਲਾਕਿਆਂ ਉਹਦਾ ਪ੍ਰਾਈਵੇਟ ਬੱਸਾਂ ਦਾ ਨੈਟਵਰਕ ਚੱਲ ਰਿਹਾ ਬਾਤ ਦੇਖੀ ਜਾਏ ਤਾਂ ਬਿਲਕੁਲ ਠੀਕ ਇਹ ਬਟਿੰਡੇ ਦੇ ਫਰੀਦਕੋਟ ਵਾਲੇ ਰੂਟ 'ਪਾ ਚੱਲ ਜੋ ਖਾਨ ਨੂੰ ਜੇ ਉਸ ਰੂਟ ਦੇ ਉੱਪਰ ਸਰਕਾਰੀ ਬੱਸ ਬਹੁਤੀ ਮਿਲ ਵੀ ਗਈ ਮੈਨੂੰ ਫੜ ਲਿਓ ਆਖਾ ਪ੍ਰਾਈਵੇਟ ਚੱਲ ਰਹੀ ਵੀਰ ਕਿਸ ਕੀ ਚੱਲ ਰਹੀ ਉਹ ਵੀ ਤੁਹਾਨੂੰ ਪਤਾ ਹੀ ਵਸ ਸਰਕਾਰੀ ਬੱਸ ਜਿਹੜੀ ਕੋਈ ਟਾਮੀ ਟਾਮੀ ਚਲਾਵੀ ਇਹ ਤਾਂ ਫਿਰ ਟੋ ਅਟਵਾ ਹੀ ਵਾਸਤੇ ਹੀ ਰਹਿ ਜਾਏਗੀ ਵੀਰ ਕਿਰਾਇਆ ਪਾਣਾ ਤਾਂ ਉਹਨਾਂ ਨੇ ਕਿੱਥਾ ਇਕੱਠਾ ਕਰਨਾ ਇਹ ਤਾਂ ਬੰਜੇ ਨਹੀਂ ਉਹ ਤਾਂ ਅੱਜ ਬੱਸਾਂ 'ਵਾਂ ਦੇਖਿਆ ਉਹਨੀਆਂ ਥਾਨਾਂ ਵੀ ਲੋਕ ਤਾਂ ਸਕੂਟਰ ਭਜਾ ਭਜਾ ਕੇ ਜਨਾਨੀ ਨੂੰ ਚੜਾ ਰਹੇ ਰੋਡਵੇਜ਼ ਦੀ ਬੱਸਾਂ ਦੇ ਵਿੱਚ ਪ੍ਰਾਈਵੇਟ ਵਾਲਿਆਂ ਨੂੰ ਪੈ ਗਈ ਫੀਕਰ ਬਈ ਜੇ ਜਨਾਨੀ ਚੜ੍ਹੇਗੀ ਜਨਾਨੀ ਇਹ ਉਹਦੇ ਜਿਹੜੀ ਵਿਆਹੀ ਬਰਿਆ ਜਨਾਨੀਆਂ ਯੋ ਕੱਦੀਆਂ ਥੋੜੀ ਬਹਿ ਜਾਣਗੇ ਸਰਕਾਰੀ 'ਵਾਂ ਪ੍ਰਾਈਵੇਟ 'ਵਾਂ ਬੰਦਾ ਬੈਠੇ ਆਰ ਯੋ ਕਹਲੋ ਵੀ ਬੰਦਾ ਬੈਠੇਗਾ ਜਨਾਨੀ ਬੈਠੇਗੀ ਜਵਾਕ ਬੈਠੇਗੇ ਫਿਰ ਆਰ ਇਸ ਕਰਕੇ ਯੋ ਕਹਲੋ ਵੀਰਾ ਆਮ ਆਦਮੀ ਪਾਰਟੀ ਦਾ ਸੈਨ ਚਾਰਜ ਜਿਸ ਨੇ ਯੋ ਬਾਤ ਕਰੀ ਕਾ ਵੀ ਦਿੱਲੀ ਦੇ ਵਿੱਚ ਮਾਂ ਨਾ ਕਾ ਜਨਾਨੀਆਂ ਵਾਸਤਾ ਬਿਲਕੁਲ ਫ੍ਰੀ ਕਰਤੀਆਂ ਬੱਸਾਂ ਮਾਰੀਆਂ ਬੱਸਾਂ ਆਟੋਮੈਟਿਕ ਸਾਰੀਆਂ ਔਰ ਇਸ ਤੋਂ ਇਲਾਵਾ 에어 ਕੰਡੀਸ਼ਨ ਬੱਸਾਂ ਬਲਬੋ ਇਸਕੇ ਵਿੱਚ ਮੈਂ ਕਹ ਰਾਜ ਨੇ ਛੂਟ ਨਹੀਂ ਲਈ ਮਤਲਬ ਇਹ ਉਹ ਕਹ ਲੋ ਜਿਹੜੇ ਰੋਡ ਵੇਚ ਗਿਆ ਐ ਗਿਣਤੀ ਚੁੰਤੀਆਂ ਬੱਸਾਂ ਇੰਨਾ ਤੋਂ ਘਾਟਾ ਕਾ 217 ਕਰੋੜ ਰੁਪਏ YouTube ਚੈਨਲ ਰਾਜਪਤੀ ਕਿਤਰਾ ਕਰੇਗਾ ਪੂਰਾ ਇਹ ਬਲਬੋ ਕਾ ਵੀ ਕਹਿ ਰਿਹਾ ਕਾ ਬਲਬੋ ਵੀ ਕਰੋ ਬ੍ਰਿਜ ਨਾਨੀਆਂ ਮਤਲਬ ਇਹ ਕਹ ਲੋ ਵੀੜੇ ਟੈਰਾਂਗੇ 4 ਪੈਸੇ ਇਕੱਠੇ ਹੋਵਾਂ ਤੇਲ ਕੇ ਪੈਸੇ ਕਾ ਇਹ ਵੀ ਨਹੀਂ ਹੋਣੇ ਫਿਰ ਆਰਾਮਦੀ ਪਾਰਟੀ ਮੁਫਤ ਯਾਤਰਾ ਸਿਵਦਾ ਕੇਵਲ ਕਾ ਸਰਕਾਰੀ ਬਸਾਂ ਨੂੰ ਦੇਗਾ ਸਲਮਾ ਯੋ ਸਰਕਾਰ ਕਾ ਔਰਤਾਂ ਕੀ ਗੱਲ ਹੈ ਤੇ ਅਸੀਂ ਜੇ ਹੈ ਕਾ ਵੇ ਸਾਰਾ ਕੇ ਰਬਦਾ ਹੋਗਾ ਮੁਨਾਫਾ ਕਾ ਸਿਰਫ ਦਿੱਲੀ ਕੇ ਵਿਚਵਾ ਕੇਜਰੀਵਾਲ ਕੀ ਸਰਕਾਰ ਕੀ ਕਾ ਇਸ ਨੇ ਨਕਲ ਕਰੀ ਕਾ ਮੁਨਾਫਾ ਯੋ ਚੱਕ ਰਹਾ ਰਾਜਾ ਰਾਗਵ ਚੰਡਾ ਕਹ ਰਹਾ ਕਾ ਨਕਲ ਮਾਰੀ ਕਾ ਜੇ ਨਕਲ ਮਾਰਨੀ ਸੀ ਰਾਜ ਨੇ ਕਾ ਪੂਰੀ ਤੋਂ ਮਾਰਦਾ ਕੇਜਰੀਵਾਲ ਨੇ ਨਕਲ ਕੇਜਰੀਵਾਲ ਕੀ ਨਕਲ ਮਾਰਨੀ ਉਸਕੇ ਤਰਜਬਰ ਲਾਈਟ ਫਰੀ ਦੇਤੀ ਕਹਾ ਦੂਸਰੇ ਰਾਜਾਂ ਦੇ ਲਾਈਟ ਖਰੀਦ ਕਾ ਲਾਈਟ ਫਰੀ ਦੇ ਰਹੇ ਲੋਕਾਂ ਨੂੰ ਯੋ ਖਾ ਆਪਣੀ ਲਾਈਟ ਬਣਾ ਕਾ ਨਹੀਂ ਤਾਂ ਲਾਈਟ ਦੇ ਹੁੰਦੀ ਵੀਰ ਬਾਤ ਵੀ ਠੀਕ ਚਲੋ ਖੈਰ ਆਰ ਉਧਰ ਬਾਪੂ ਪ੍ਰਕਾਸ਼ ਬਾਦਲ ਕਾ ਛੋਕਰਾ ਕੱਲ ਟਾਰੀ ਬਾਰਡਰ ਬਾ ਚਲਿਆ ਗਿਆ ਉੱਥਾ ਜਾ ਕਾ ਵੀਰ ਪੰਜਾਬ ਵਿਧਾਨ ਸਭਾ ਵੋਟਾਂ ਗਿਆ ਯੋ ਕਰ ਕਾਇ ਰੈਲੀ ਆਰ ਯੋ ਤਿਆਰੀ ਕਰ ਲਈ ਖਿੱਚ ਲਈ ਰੈਲੀਆਂ ਖਾਤਰੇ ਕੇ ਯੋ ਕਾਇ ਵੀ ਦੂਸਰੀ ਲਹਿਰ ਕਰੋਨੇ ਕੀ ਚੱਲ ਰਹੀ ਪਰ ਰੈਲੀਆਂ ਕਾ ਕਰੇਂਗੇ ਉਮੀਦਵਾਰ ਕਾ ਨਾਮ ਐਲਾਨ ਕਰਤਿਆ ਕੱਲ ạtari ਹਲਕੇ માં ਗੁਲਜਾਰ ਅਣਿੱਕੇ ਇਸ ਨੂੰ ਉਮੀਦਵਾਰ ਐਲਾਨ ਕਰਤਾ ਕਾਲੀ ਦਲ ਕਾਇ ਉਹ ਚੌਥਾ ਉਮੀਦਵਾਰ ਇਸ ਤੇ ਪਹਿਲਾ ਜਲਾਲਾਬਾਦ ਤੇ ਯੋ ਕਹ ਲੋ ਵੀ ਸਖੀਰ ਬਾਦਲ ਦੂਸਰਾ ਯੋ ਬਿਰਸਾ ਸਿੰਘ ਬਲਟੂਆ ਤੀਸਰਾ ਅਮਰਪਾਲ ਬੌਨੀ ਯੋ ਚੌਥਾ ਅੱਜ ਕਰਤਿਆ ਯੋ ਕੱਲ ਕਰਤਿਆ ਵੀਰ ਯੋ ਗੁਲਜਾਰ ਅਣਿੱਕੇ ਯੋ ਕਰਤਿਆ ਵੀਰ ਇਸ ਕਨੋਂ ਬਾਹਰ ਕਾ ਵੀ ਉਹ ਖੜੇਗਾ ਟਾਰੀ ਵਾਡਰ ਪਰੇ ਔਰ ਉੱਥਾ ਰਾਜਾ ਉਹ ਸੁਖਬੀਰ ਕਹ ਰਿਹਾ ਕਹਾ ਜਿਤਾ ਉਹ ਕਹਾ ਇਸ ਨੂੰ ਕਹਾ ਅੱਗਾ ਲੈ ਕਾਓ ਔਰ ਉਧਰ ਆੜਤੀਆਂ ਨੇ ਜੋ ਚਾੜੂ ਖੜਾ ਕਰਿਆ ਵਾ ਕਾ ਵੀਰ ਮਾਰੀ ਮੰਗਾ ਪੂਰੀਆਂ ਕਰੋ ਇਹ ਮੰਗਾ ਪੂਰੀਆਂ ਨਹੀਂ ਕਰਦੇ ਕਾ ਫਿਰ ਮਾਰੀ ਹੜਤਾਲ ਇਤਨੀ ਚਲੇ ਕਾਲੂ ਮਾਨ ਨਾ ਕਿਉਂ ਵੀ ਆੜਤੀਆਂ ਨੇ ਹੜਤਾਲ ਕਰੀ ਵੀ ਦੀ ਕੰਮ ਖਰਾਬ ਹੋ ਗਿਆ ਫਲਾਣਾ ਹੋ ਗਿਆ ਔਰ ਉਧਰ ਗ੍ਰਹਿ ਮੰਤਰਾਲੇ ਕਹ ਰਿਹਾ ਕਾ ਵੀ ਪੰਜਾਬ ਮਾ ਬਈਆਂ ਗੱਲ ਕੁੱਟਮਾਰ ਕਰਾਂ ਪ੍ਰਵਾਸੀ ਬਧੂਆ ਮਜ਼ਦੂਰ ਬਣਾ ਕੇ ਰੱਖੇ ਵੇਗਾ ਈਸੀ ਜੀ ਕਾ ਜਿਆਦਾ ਪਤਾ ਲੱਗਿਆ ਇਹੋ ਪੱਤਰਕਾਰ ਪਹੁੰਚ ਕੇ ਫਿਰ ਬਈਆਂ ਕੀ ਮੋਟਰ ਡਰਾਈਵਰ ਸਰਦੀ ਖੇਤਰਾ ਮੈਂ ਕਹਾ ਯੋ ਮਜ਼ਦੂਰਾਂ ਕੀ ਆੜਮਾ ਕਾ ਮਜ਼ਦੂਰਾਂ ਕੈ ਲਗਾ ਥੱਕਾ ਹੋ ਰਿਹਾ ਬਹੁਤ ਉੱਠਾ ਜਾ ਕੇ ਜੇ ਗੱਲ ਬਾਤ ਕਰੀ ਭਈਏ ਕਹ ਰਹੀ ਜੀ ਬੰਦ ਪੈਸੇ ਵਧੀਆ ਮਿਲ ਰਹੇ ਕਾਮਕਾਰ ਵਧੀਆ ਕਾ ਚਾਰ ਪੈਸੇ ਨਾਲੇ ਰੋ ਖਾਲੇ ਨਾ ਕਰਨ ਭੇਜ ਦਿਆਂ ਔਰ ਯੋ ਕਹਾ ਵੀ ਯੋ ਜਿਹੜੇ ਲਾਰੇ ਕਾ ਕੇਂਦਰ ਸਰਕਾਰ ਨੇ ਇਲਜ਼ਾਮ ਕਾ ਮਾੜੇ ਯੋ ਗਲਤ ਬਾਤ ਕਾ ਇਸ ਤਰ੍ਹਾਂ ਕੁਛ ਨਹੀਂ ਹਰ ਕਿਸਾਨਾ ਗੱਲ ਗੱਲ ਕਰੇ ਕਿਸਾਨ ਕਰੇ ਯੋ ਬਦਨਾਮ ਕਰ ਰਹੀ ਕਾ ਕੇਂਦਰ ਕੀ ਸਰਕਾਰ ਮਨੂ ਉਛਲੇਓ ਕਿਸੇ ਬਈਏ ਨੂੰ ਨਿਆਣੇ ਕੀ ਤਰ ਰੱਖੇਵੇਗਾ ਰੋਟੀ ਪਾਣੀ ਦੇ ਰਹੇ ਰੇੜੇ ਨ ਜਗਾ ਦੇ ਰਹੇ ਸਾਗੂ ਦੇ ਰਹੇ ਆਰ ਬੀਐਸਐਫ ਕਾ ਵੀ ਤਰਾਂਗੇ 58 ਬੰਦੂ ਬੰਦਕ ਮਜ਼ਦੂਰਾਂ ਨੂੰ ਛਡਾਇਆ ਕਹਾ ਵੀ ਪੁਲਿਸ ਕੇ ਵਾਲੇ ਇਹ ਉੱਥਾ ਗਿਆ ਇਹਨਾਂ ਨੇ ਇਹ ਸੈਂਟਰ ਕੀ ਸਰਕਾਰ ਕਹਿ ਰਹੀ ਕਹਾ ਵੀ ਫਿਰੋਜ਼ਪੁਰ ਗਰਦਾਸਪੁਰ ਅੰਮ੍ਰਿਤਸਰ ਫਾਇਲ ਲਗਾ ਕੇ ਅੰਦਰ ਬੀਐਸਐਫ ਕੇ ਹਵਾਲੇ ਗਿਆ ਲਿਖਿਆ ਵੀ ਬੀਐਸਐਫ ਨੇ ਗਿਆ ਮੰਨੂ ਨਹੀਂ ਪਤਾ ਉਹਨਾਂ ਨੇ ਕਿਹਾ ਸਖਜੀਦਰ ਦਾਵਾ ਆਰ ਤ੍ਰਿਪਤ ਰਜਿੰਦਰ ਬਾਜਵਾ ਆयो ਕਰ ਕੇ ਕੇਂਦਰ ਸਰਕਾਰ ਪੰਜਾਬ ਕੇ ਕਿਸਾਨਾਂ ਨੂੰ ਬਦਨਾਮ ਕਰ ਰਹੀਗਾ ਰਿੰਦਾਵਾ ਕਹਿ ਰਿਹਾ ਵੀ ਗ੍ਰਹਿ ਮੰਤਰਾਲੇ ਇਸ ਬਾਰੇ ਕਾ ਬੀਐਸਐਮ ਕੇ ਹਵਾਲੇ ਗੱਲ ਪੰਜਾਬ ਸਰਕਾਰ ਆਰ ਡੀਜੀਪੀ ਪੰਜਾਬ ਨੂੰ ਚਿੱਠੀ ਲੇਗੀਗਾ ਵੀ ਚੈੱਕ ਕਰੋ ਯੋ ਗਲਤ ਕਰ ਰੇਗਾ ਹਾ ਜੇ ਕੰਮ ਚਲੋ ਖੈਰ ਆਰ ਵੀ ਲਾਡਾ ਡਿਸਕਸ਼ਨ ਰੇਡੀ ਪ੍ਰੋਗਰਾਮ ਕੇ ਵਿੱਚ ਮੈਂ ਅੱਜ ਇਸੀ ਟੌਪ ਕੇ ਉਪਰ ਆਪਾਂ ਗੱਲਬਾਤ ਕਰਾਂਗੇ ਟੈਲੀਫੋਨ ਕਾਲਾ ਖੋਲੰਗੇ ਵੀ ਪੰਜਾਬਵਾ ਭਈਆਂ ਨੂੰ ਕਿਤਨਾ ਤੰਗ ਕਰ ਰੇ ਕਿਤਨੇ ਚੰਗੇ ਭਈਏ ਦਿੱਲੀ ਮਾਂ ਬੰਨਿਆ ਨੂੰ ਕਿਆ ਸਹੂਲਤ ਮਿਲ ਰਹੀ ਪੰਜਾਬ ਮਾਂ ਕਿਆ ਸਹੂਲਤ ਮਿਲ ਰਹੀ ਇਸ ਕੇ ਉਪਰ ਵੀ ਗੱਲਬਾਤ ਹੋਵੇਗੀ ਪਾਰ ਇਸ ਤੇ ਪਹਿਲਾਂ ਆਪਾਂ ਇਹ ਲੈ ਲਿਆ ਛੋਟਾ ਜਾ ਬ੍ਰੇਕ